ਮੈਂ ਅਤੇ ਟਾਈਗਰ ਸ਼ਰੋਫ ਮਤਲਬ ਟਾਈਗਰ ਦੀ ਜਦੋਂ ਹੀਰੋਪੰਥੀ ਇੱਥੇ ਸ਼ੂਟ ਹੋ ਰਹੀ ਸੀ ਅਤੇ ਵੀ ਯੂਜ਼ ਟੂ ਟ੍ਰੇਨ ਟੂਗੈਦਰ ਐਂਡ ਜੋ ਟਾਈਗਰ ਕਰਦਾ ਉਹ ਸਭ ਮੈਂ ਕਰਦਾ ਬਿਕੋਜ਼ ਆਈ ਵਾਜ਼ ਅ ਜਿਮਨਾਸਟ ਬਿਫੋਰ ਨਿੱਕੇ ਹੁੰਦੇ ਟੇਵਾ ਬੇਬੇ ਬਾਪੂ ਪੰਡਿਤ ਵਿਖਾਇਆ ਆਖੇ ਪੰਡਿਤ ਵੀ ਆ ਕੀ ਇਹ ਮਸਲਾ ਰਾਹੂ ਚੱਕੀ ਫਿਰਦਾ ਏ ਖੁੰਡੀ ਕਰ ਪਾਣ ਉੱਤੋਂ ਸ਼ਨੀ ਚੱਕੀ ਫਿਰਦਾ ਏ ਅਸਲਾ ਬਾਕੀ ਮੰਗਲ ਅਤੇ ਬੁੱਧ ਮੂੰਹ 'ਤੇ ਮਾਰਦੇ ਨੇ ਠੁੱਡ ਮੰਗਲ ਅਤੇ ਬੁੱਧ ਮੂੰਹ 'ਤੇ ਮਾਰਦੇ ਨੇ ਠੁੱਡ ਵੀਰ ਸ਼ੁੱਕਰ 'ਚ ਦਾਰੂ ਦੀ ਗਲਾਸੀ ਲਿਖੀ ਹੈ ਜੀ ਤੁਹਾਡੇ ਕਾਕਾ ਜੀ ਦੇ ਲੇਖਾਂ ਵਿੱਚ ਬਸ ਬਦਮਾਸ਼ੀ ਲਿਖੀ ਹੈ ਜੀ ਤੁਹਾਡੇ ਕਾਕਾ ਜੀ ਦੇ ਲੇਖਾਂ ਵਿੱਚ ਬਸ ਬਦਮਾਸ਼ੀ ਲਿਖੀ ਹੈ ਜੀ ਤੁਹਾਡੇ ਕਾਕਾ ਜੀ ਦੇ ਸਤਿ ਸ਼੍ਰੀ ਅਕਾਲ ਜੀ ਦੀਸੀ ਚੰਦ ਮੈਂ ਤੁਹਾਡੀ ਹੋਸਟ ਦੋਸਤ ਗਾਇਨ ਮਾਜਨ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅਤੇ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਹੀ ਹਾਂ ਉਹ ਬਾਕਮਾਲ ਐਕਟਰ ਨੇ ਬਾਕਮਾਲ ਐਂਕਰ ਨੇ ਬਾਕਮਾਲ ਡਾਇਰੈਕਟਰ ਨੇ ਅਤੇ ਹੁਣ ਉਹ ਸਿੰਗਿੰਗ ਫੀਲਡ ਦੇ ਵਿੱਚ ਵੀ ਆ ਰਹੇ ਨੇ ਕੋਈ ਫੀਲਡ ਛੱਡਣੀ ਨਹੀਂ ਹੈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਨਵ ਬਾਜਵਾ ਦੀ ਕੋਈ ਫੀਲਡ ਨਹੀਂ ਨਾ ਛੱਡਣੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਸਾਰੇ ਦੇਸੀ ਚੈਨਲ ਦੇਖ ਰਹੇ ਨੇ ਮੇਰੇ ਵੱਲੋਂ ਔਰ ਤੁਹਾਡਾ ਆਨਸਰ ਹੈ ਜੀ ਕਿ ਜਦ ਜ਼ਿੰਦਗੀ ਇੱਕ ਮਿਲੀ ਹੈ ਤਾਂ ਸਭ ਕੁਝ ਕਿਉਂ ਨਾ ਕਰੀਏ ਜ਼ਿੰਦਗੀ ਦੇ ਸਾਰੇ ਰੰਗ ਇੰਜੋਏ ਕਰਨ ਵਾਲੇ ਬਿਲਕੁਲ ਕੋਸ਼ਿਸ਼ ਇਹੀ ਹੈ ਗਾਣਾ ਆ ਰਿਹਾ ਹੈਗਾ ਬਦਮਾਸ਼ੀ ਕਿੰਨੀ ਕੁ ਬਦਮਾਸ਼ੀ ਗਾਣੇ ਦੇ ਵਿੱਚ ਹੈਗੀ ਹੈ ਦੇਖੋ ਜੀ ਬਦਮਾਸ਼ੀ ਇੱਦਾਂ ਹੈ ਕਿ ਮੈਂ ਦੱਸਣਾ ਚਾਹਾਂਗਾ ਕਿ ਇਹ ਗਾਣਾ ਐਸਾ ਨਹੀਂ ਹੈ ਕਿ ਪ੍ਰੋਪਰ ਬਦਮਾਸ਼ੀ ਨੂੰ ਪ੍ਰਮੋਟ ਕੀਤਾ ਗਿਆ ਜਾਂ ਜਿੱਦਾਂ ਅਗਰ ਤੁਸੀਂ ਇਹਦਾ ਕੰਟੈਂਟ ਸੁਣੋਗੇ ਗਾਣੇ ਦਾ ਤਾਂ ਇੱਕ ਐਸਾ ਕੰਟੈਂਟ ਐਸੀ ਸਟੋਰੀ ਇਹਦੀ ਕਿ ਇੱਕ ਪੰਡਿਤ ਜਿਹੜਾ ਜਦੋਂ ਇੱਕ ਆਪਣੇ ਬੱਚਾ ਪੈਦਾ ਹੁੰਦਾ ਅਤੇ ਉਹਨੂੰ ਜਾ ਕੇ ਮਾਂ ਪਿਓ ਕਹਿੰਦੇ ਨੇ ਜਿਹਦੀ ਕੁੰਡਲੀ ਦੇਖੋ ਅਤੇ ਉਹ ਕੁੰਡਲੀ ਦੇਖ ਕੇ ਉਹਨੂੰ ਦੱਸਦਾ ਹੈ ਕਿ ਜੀ ਲੋਕ ਡਾਕਟਰ ਬਣਦੇ ਨੇ ਇੰਜੀਨੀਅਰ ਬਣਦੇ ਨੇ ਬਦਮਾਸ਼ ਬਣੇਗਾ ਸੋ ਐਕਚੁਅਲੀ ਵਹਿਮਾਂ ਭਰਮਾਂ ਨੂੰ ਵੀ ਦੂਰ ਕਰਨ ਲਈ ਬਣਾਇਆ ਗਿਆ ਯੈਸ ਯੈਸ ਤੁਸੀਂ ਇਹ ਕਹਿ ਸਕਦੇ ਹੋ ਦਿਸ ਇਜ਼ ਦ ਰੀਜ਼ਨ ਮੈਂ ਕੰਟੈਂਟ ਨੂੰ ਚੁਣਿਆ ਨਹੀਂ ਤਾਂ ਮੈਂ ਕਦੀ ਜ਼ਿਆਦਾ ਪ੍ਰਮੋਟ ਨਹੀਂ ਕਰਦਾ ਕਿ ਤੁਸੀਂ ਬਦਮਾਸ਼ੀਆਂ ਕਰੋ ਜਾਂ ਯੂ ਨੋ ਲੜਾਈ ਝਗੜੇ ਕਰੋ ਕਿਉਂਕਿ ਉਹ ਜਸਟ ਅ ਵੇਸਟ ਆਫ ਟਾਈਮ ਕੋਈ ਇੱਦਾਂ ਦੀ ਲੋੜ ਨਹੀਂ ਸੋ ਮੇਰੀ ਕਿਹੜੀ ਫਿਲਮਾਂ ਵੀ ਤੁਸੀਂ ਪਿਛਲਾਂ ਦੇਖ ਲਓ ਐਜ਼ ਐਨ ਐਕਟਰ ਸਾਰੀਆਂ ਫਿਲਮਾਂ ਇੱਦਾਂ ਦੀਆਂ ਨੇ ਜਿਹੜੀ ਡਿਫਰੈਂਟ ਕੰਟੈਂਟ ਨੇ ਚਾਹੇ ਉਹ ਰੇਡੂ ਆਏ ਚਾਹੇ ਉਹ ਇਸ਼ਕ ਆਏ ਚਾਹੇ ਉਹ ਸਲਿਊਟ ਇੰਡੀਅਨ ਆਰਮੀ 'ਤੇ ਸੀ ਜਾਂ ਕਿਰਦਾਰੇ ਸਰਦਾਰ ਪਿਓਰ ਪੰਜਾਬੀ ਵਟਐਵਰ ਸੋ ਇਹ ਕੰਟੈਂਟ ਮੈਨੂੰ ਅਲੱਗ ਲੱਗਿਆ ਦਿਸ ਇਜ਼ ਦ ਰੀਜ਼ਨ ਆਈ ਚੋਜ਼ ਦਿਸ ਆਪ ਕਹਿ ਸਕਦੇ ਹਾਂ ਕਿ ਐਕਸਪੈਰੀਮੈਂਟੇਸ਼ਨ ਜਿਹੜਾ ਹੈਗਾ ਉਹ ਮੈਟਰ ਬਹੁਤ ਕਰਦਾ ਤੁਹਾਡੇ ਲਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਾਂ ਹੀ ਕਰਕੇ ਇਹ ਗਾਣਾ ਵੀ ਇੱਕ ਐਕਸਪੈਰੀਮੈਂਟ ਹੀ ਆ ਤੁਸੀਂ ਕਹਿ ਸਕਦੇ ਹੋ ਜਿਹਨੂੰ ਕੰਟੈਂਟ ਨੂੰ ਚੁਣ ਕੇ ਮੈਂ ਐਜ਼ ਅ ਸਿੰਗਰ ਆ ਰਿਹਾ ਦੇ ਵਿੱਚ ਕਿੰਨੀਆਂ ਕੁ ਮਿਹਨਤਾਂ ਕੀਤੀਆਂ ਫਿਰ ਸਿੰਗਿੰਗ ਫੀਲਡ 'ਚ ਕਦਮ ਰੱਖੇ ਬਹੁਤ ਜ਼ਿਆਦਾ ਬਹੁਤ ਮੈਂ ਇਨਫੈਕਟ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਿੰਗਿੰਗ ਬਹੁਤ ਔਖੀ ਚੀਜ਼ ਆ ਬਹੁਤ ਔਖੀ ਮੇਰੇ ਖਿਆਲ ਨਾਲ ਜਿੰਨਾ ਕੁ ਔਖਾ ਇੱਕ ਸਿੰਗਰ ਨੂੰ ਐਕਟਰ ਬਣ ਕੇ ਹੁੰਦਾ ਹੈ ਮੈਨੂੰ ਉਸ ਤੋਂ ਡਬਲ ਔਖਾ ਹੋਇਆ ਇੱਕ ਐਕਟਰ ਤੋਂ ਸਿੰਗਿੰਗ ਦੇ ਵਿੱਚ ਆ ਕੇ ਉਹ ਲਾਈਨਾਂ ਬਦਮਾਸ਼ੀ ਦੀਆਂ ਸੁਣ ਲਈਆਂ ਕਿਉਂਕਿ ਕਾਕਾ ਜੀ ਦੇ ਲੇਖਾਂ 'ਚ ਬਦਮਾਸ਼ੀ ਲਿਖੀ ਆ ਉਹ ਤਾਂ ਡੈਫੀਨੇਟਲੀ ਮੈਂ ਤੁਹਾਨੂੰ ਸੁਣਾਉਣਾ ਸੋ ਇਹਦੇ ਕੰਟੈਂਟ ਜਿਹੜਾ ਉਹਦੀਆਂ ਲਾਈਨਾਂ ਨੇ ਜਿਸ ਕਰਕੇ ਮੈਨੂੰ ਚੂਜ਼ ਕੀਤਾ ਨਿੱਕੇ ਹੁੰਦੇ ਟੇਵਾ ਬੇਬੇ ਬਾਪੂ ਪੰਡਿਤ ਵਿਖਾਇਆ ਆਖੇ ਪੰਡਿਤ ਵੀ ਆ ਕੀ ਇਹ ਮਸਲਾ ਰਾਹੂ ਚੱਕੀ ਫਿਰਦਾ ਏ ਖੁੰਡੀ ਕਰ ਪਾਣ ਉੱਤੋਂ ਸ਼ਨੀ ਚੱਕੀ ਫਿਰਦਾ ਏ ਅਸਲਾ ਬਾਕੀ ਮੰਗਲ ਅਤੇ ਬੁੱਧ ਮੂੰਹ 'ਤੇ ਮਾਰਦੇ ਨੇ ਠੁੱਡ ਮੰਗਲ ਅਤੇ ਬੁੱਧ ਮੂੰਹ 'ਤੇ ਮਾਰਦੇ ਨੇ ਠੁੱਡ ਵੀਰ ਸ਼ੁੱਕਰ 'ਚ ਦਾਰੂ ਦੀ ਗਲਾਸੀ ਲਿਖੀ ਹੈ ਜੀ ਤੁਹਾਡੇ ਕਾਕਾ ਜੀ ਦੇ ਲੇਖਾਂ ਵਿੱਚ ਬਸ ਬਦਮਾਸ਼ੀ ਲਿਖੀ ਹੈ ਜੀ ਤੁਹਾਡੇ ਕਾਕਾ ਜੀ ਦੇ ਲੇਖਾਂ ਵਿੱਚ ਬਸ ਬਦਮਾਸ਼ੀ ਲਿਖੀ ਹੈ ਜੀ ਤੁਹਾਡੇ ਕਾਕਾ ਜੀ ਦੇ ਮੈਨੂੰ ਲੱਗਦਾ ਕਿ ਜਿਹੜਾ ਕੰਟੈਂਟ ਇੰਨਾ ਸਟਰੋਂਗ ਬੋਲਦਾ ਐਸਟ੍ਰੋਲੋਜੀ 'ਚ ਬਿਲੀਵ ਨਹੀਂ ਹੈਗਾ ਨਹੀਂ ਐਸਟ੍ਰੋਲੋਜੀ ਇੱਕ ਐਸੀ ਚੀਜ਼ ਹੈ ਕਿ ਮੇਰੇ ਵੀ ਜਿਹੜੇ ਹੈਗੇ ਨੇ ਪੰਡਿਤ ਸਾਹਿਬ ਸੋ ਕਹਿ ਦਿੰਦੇ ਨੇ ਆਪਾਂ ਕਹਿੰਦੇ ਜੀ ਠੀਕ ਹੈ ਤੁਸੀਂ ਕਹਿ ਦਿੱਤਾ ਕੋਈ ਨਹੀਂ ਕਰ ਲਾਂਗੇ ਬਾਕੀ ਐਕਚੁਅਲੀ ਬਿਲੀਵ ਮੈਨੂੰ ਆਪਣੇ ਆਪ 'ਤੇ ਮੈਂ ਤੁਹਾਨੂੰ ਸਹੀ ਦੱਸਾਂ ਇੱਕ ਰੱਬ 'ਤੇ ਇੱਕ ਆਪਣੇ ਆਪ 'ਤੇ ਮੈਂ ਇਹ ਦੇਖਿਆ ਜੀ ਤੁਸੀਂ ਹਾਰਡਵਰਕ ਕਰੋ ਉਹਦਾ ਫਲ ਅੱਜ ਨਹੀਂ ਕੱਲ੍ਹ ਮਿਲਦਾ ਤੁਹਾਨੂੰ ਪਹਿਲਾਂ ਤੁਸੀਂ ਇਹ ਦੱਸੋ ਤੁਹਾਨੂੰ ਗਾਣਾ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਿਆ ਤਾਂ ਮੈਂ ਤਾਂ ਗਾਣਾ ਪਹਿਲਾਂ ਸੁਣਿਆ ਸੀ ਤਾਂ ਹੀ ਮੈਂ ਇਹਦੀ ਟੈਗ ਲਾਈਨ ਬੋਲੀ ਸੀਗੀ ਮੇਰੇ ਨਾਲ ਪਤਾ ਕੀ ਹੋ ਰਿਹਾ ਜਿਹੜੇ ਵੀ ਇੰਟਰਵਿਊ ਲੈ ਰਹੇ ਨੇ ਮੈਂ ਕਿਤੇ ਜਾ ਰਹੇ ਸਾਨੂੰ ਲੱਗ ਰਿਹਾ ਐਕਟਰ ਇਹ ਗਾਣਾ ਪਤਾ ਨਹੀਂ ਕਿਵੇਂ ਗਾਇਆ ਹੋਣਾ ਮਸ਼ੀਨ 'ਤੇ ਕੀਤਾ ਹੋਣਾ ਬਾ ਹੁਣ ਮੈਂ ਲਾਈਵ ਗਾਇਆ ਐਂਡ ਆਈ ਹੋਪ ਮੈਂ ਠੀਕ ਗਾਇਆ ਹੋਏ ਜਿਵੇਂ ਤੁਹਾਨੂੰ ਨਾ ਸਾਰੇ ਪਾਸੋਂ ਪਿਆਰ ਮਿਲੇ ਨਾ ਐਕਟਿੰਗ ਦੇ ਵਿੱਚ ਐਂਕਰਿੰਗ ਦੇ ਵਿੱਚ ਡਾਇਰੈਕਸ਼ਨ ਦੇ ਵਿੱਚ ਸਿੰਗਿੰਗ 'ਚ ਵੀ ਮਿਲ ਜਾਣਾ ਹੋਪਫੁਲੀ ਜੀ ਮੈਂ 1.5 ਕੁ ਸਾਲ ਤੋਂ ਪਿਛਲੇ ਮਿਹਨਤ ਕਰ ਰਿਹਾ ਇਹਦੇ ਉੱਤੇ ਔਰ ਪ੍ਰੋਪਰ ਹਾਰਮੋਨੀਅਮ ਉੱਤੇ ਕਲਾਸਿਸ ਲਾ ਰਿਹਾ ਇਸ ਚੀਜ਼ ਦੀ ਸੁਰ ਸੈੱਟ ਕਰ ਰਿਹਾ ਅੱਬਲ ਤਾਂ ਮੇਰੀ ਆਵਾਜ਼ ਹੀ ਇੰਨੀ ਭਾਰੀ ਸੀ ਐਜ਼ ਐਨ ਐਕਟਰ ਉਹਨੂੰ ਸਿੰਗਿੰਗ 'ਚ ਕਨਵਰਟ ਕਰਨਾ ਮੇਰੇ ਲਈ ਇੱਕ ਚੈਲੰਜ ਸੀਗਾ ਬਟ ਆਈ ਲਵ ਟੇਕਿੰਗ ਚੈਲੰਜਸ ਯਾਰ ਉਹ ਇਨਸਾਨ ਹੀ ਕਿਹਾ ਜੋ ਕੋਈ ਚੈਲੰਜ ਨਾ ਲਏ ਸੋ ਮਜ਼ਾ ਆ ਰਿਹਾ ਗਾਣੇ ਨੇ ਨਾ ਮੋਟੀਵੇਟ ਵੀ ਬਹੁਤ ਕੁਛ ਕਰਨਾ ਲੋਕਾਂ ਨੂੰ ਦੇਖੋ ਜੀ ਹੋਪਫੁਲੀ ਮੈਂ ਤਾਂ ਕਹਿੰਦਾ ਕਿ ਸਾਰੀ ਚੀਜ਼ਾਂ ਆਪਣੀ ਜਗ੍ਹਾ ਨੇ ਧਰਮ ਵੀ ਆਪਣੀ ਜਗ੍ਹਾ ਹੈ ਔਰ ਪਿਆਰ ਮੁਹੱਬਤ ਵੀ ਆਪਣੀ ਜਗ੍ਹਾ ਹੈ ਔਰ ਇਹ ਚੀਜ਼ਾਂ ਵੀ ਆਪਣੀ ਜਗ੍ਹਾ ਨੇ ਕਿਉਂਕਿ ਹਰ ਤਰ੍ਹਾਂ ਦਾ ਇਨਸਾਨ ਇਸ ਦੁਨੀਆ 'ਚ ਰਹਿੰਦਾ ਔਰ ਖਾਸ ਕਰ ਇੰਡੀਆ 'ਤੇ ਸਾਡੀ ਕੰਟਰੀ ਇਹੋ ਜਿਹੀ ਹੈ ਕਿ ਕਿੰਨੇ ਸਾਰੇ ਇੱਥੇ ਆਪਾਂ ਇਕੱਠੇ ਰਹਿੰਦੇ ਹਾਂ ਧਰਮ ਸੋ
ਬਸ ਤੁਸੀਂ ਯਾਰ ਇੰਜੋਏ ਕਰਿਓ, ਜ਼ਿਆਦਾ ਟੈਨਸ਼ਨ ਲੈ ਕੇ ਨਾ ਸੁਣਿਓ ਇਹਨੂੰ। ਦੈਟ ਇਜ਼ ਨਾ ਨਾ ਪੋਸਟਰ ਤੇ ਵੀ ਨਹੀਂ ਜਾਣਾ, ਪੋਸਟਰ 'ਚ ਜਿਹੜੀ ਲੁੱਕ ਹੈਗੀ ਹੈ ਨਾ ਉਹ ਥੋੜ੍ਹੀ ਲੱਗਦੀ ਕਿ ਥ੍ਰਿਲਰ ਹੈ, ਐਕਸ਼ਨ ਵੀ ਭਰਿਆ ਗਾਣੇ ਦੇ ਵਿੱਚ, ਪਰ ਪੋਸਟਰ ਔਰ ਗਾਣਾ ਕੁਛ ਹੋਰ ਹੈ। ਨਹੀਂ ਐਸਾ ਨਹੀਂ ਹੈ, ਗਾਣੇ 'ਚ ਗਾਣੇ ਦਾ ਕੰਟੈਂਟ ਮੈਂ ਤੁਹਾਨੂੰ ਦੱਸਿਆ ਕੀ ਹੈ, ਪਰ ਗਾਣੇ ਦੇ ਜਿਹੜਾ ਆਪਾਂ ਹੁਣ ਵੀਡੀਓ ਸ਼ੂਟ ਬਾਰੇ ਗੱਲ ਕਰਦੇ ਹਾਂ, ਇਹ ਸ਼ੂਟ ਕੈਨੇਡਾ ਹੋਇਆ ਵੈਨਕੂਵਰ 'ਚ, ਔਰ ਜੇ ਸੀ ਧਨੋਆ ਸਾਹਿਬ ਨੇ ਇਹਨੂੰ ਡਾਇਰੈਕਟ ਕੀਤਾ, ਔਰ ਇਹ ਸਾਰਾ ਮਿਊਜ਼ਿਕ ਤੋਂ ਰਿਲੀਜ਼ ਹੋ ਰਿਹਾ। ਸੋ ਧਨੋਆ ਸਾਹਿਬ ਨੇ ਕਾਫੀ ਗਾਣੇ ਡਾਇਰੈਕਟ ਕੀਤੇ ਨੇ ਪਹਿਲਾਂ, ਪਰ ਜਦੋਂ ਮੈਂ ਗਿਆ ਕੈਨੇਡਾ ਬੈਠਾ ਭਾਅ ਜੀ ਨਾਲ, ਔਰ ਗਾਣਾ ਪਹਿਲਾਂ ਤਾਂ ਭੇਜਿਆ ਹੋਇਆ ਸੀ ਉਹਨਾਂ ਨੂੰ, ਅਤੇ ਉਹਨਾਂ ਨੇ ਕਿਹਾ ਵੀ ਭਾਅ ਜੀ ਮੈਂ ਨਾ ਪਹਿਲੀ ਵਾਰ ਕਿਸੇ ਐਕਟਰ ਡਾਇਰੈਕਟਰ ਨਾਲ ਕੰਮ ਕਰ ਰਿਹਾ, ਕਿਉਂਕਿ ਸਿੰਗਰਸ ਆਉਂਦੇ ਨੇ ਗਾਣੇ ਦਿੰਦੇ ਨੇ, ਭਾਅ ਜੀ ਬਣਾਓ ਆਪਣੇ ਹਿਸਾਬ ਨਾਲ ਅਸੀਂ ਬਣਾ ਲਈਦਾ, ਪਰ ਤੁਸੀਂ ਮੇਰੇ ਨਾਲ 2 ਘੰਟੇ ਲਾਏ ਨੇ ਮੇਰੇ ਆਫਿਸ 'ਚ ਬਹਿ ਕੇ ਕਿ ਭਾਅ ਜੀ ਹਰ ਸੀਨ ਦੇ ਉੱਤੇ ਆਪਾਂ ਕੀ ਟੇਕ ਲੈ ਰਹੇ ਹਾਂ ਔਰ ਸਟੋਰੀ ਲਾਈਨ ਕੀ ਹੈ। ਸੋ ਅਸੀਂ ਬਾਕੀ ਜੇ ਸੀ ਭਾਅ ਜੀ ਨੇ ਜੋ ਟੈਕਨੀਕੈਲਿਟੀ ਨਾਲ ਡਾਇਰੈਕਟ ਕੀਤਾ ਉਹ ਬਹੁਤ ਸੋਹਣਾ, ਟੀਜ਼ਰ ਆਈ ਥਿੰਕ ਤੁਸੀਂ ਦੇਖਿਆ ਹੋਣਾ ਹੈ, ਟੀਜ਼ਰ ਬਹੁਤ ਪਸੰਦ ਕੀਤਾ ਜਾ ਰਿਹਾ, ਔਰ ਮੈਨੂੰ ਪਤਾ ਕਿਹੋ ਜਿਹੇ ਕਮੈਂਟ ਆ ਰਹੇ ਨੇ ਕਿ ਬਾਈ ਇਹੋ ਜਿਹਾ ਰੋਲ ਕਰਨਾ ਚਾਹੀਦਾ ਤੁਹਾਨੂੰ ਫਿਲਮਾਂ 'ਚ, ਇਹੋ ਜਿਹਾ ਰੋਲ ਕਰਨਾ ਚਾਹੀਦਾ, ਉਹ ਜਿਹੜਾ ਮੈਂ ਲੁੱਕ ਬਣਾਇਆ ਥੋੜ੍ਹਾ ਮੁਸਟੈਚ ਨਾਲ ਹੈ ਨਾ, ਕ੍ਰੇਜ਼ੀ ਗੈਂਗਸਟਰ। ਸੋ ਉਹ ਐਜ਼ ਐਨ ਐਕਟਰ ਮੇਰੇ 'ਚ ਆ ਕਿ ਇੱਕ ਇੱਕ ਸਿੰਗਰ ਜਦੋਂ ਪਰਫੋਰਮ ਕਰਦਾ ਸ਼ਾਇਦ ਉਹ ਇੱਕ ਅਲੱਗ ਤਰੀਕੇ ਨਾਲ ਕਰਦੇ ਹੋਣਗੇ, ਉਹ ਵੀ ਆਪਣੇ 100% ਦਿੰਦੇ ਨੇ, ਪਰ ਜਦੋਂ ਜਿਵੇਂ ਉਹ ਸਿੰਗਿੰਗ 'ਚ 100% ਦਿੰਦੇ ਨੇ, ਐਕਟਿੰਗ 'ਚ ਕੋਸ਼ਿਸ਼ ਕਰਦੇ ਨੇ, ਉੱਦਾਂ ਹੀ ਮੇਰਾ ਹਾਲ ਹੈ। ਸੋ ਜਦੋਂ ਵੀਡੀਓ ਦੀ ਵਾਰੀ ਆਈ ਮੈਂ ਕਿਹਾ ਹੁਣ ਆਣ ਦਿਓ, ਹੁਣ ਤੁਸੀਂ ਐਕਟਿੰਗ ਦਾ ਸਾਡਾ ਫੀਲਡ ਆ ਉਹਦੇ ਕੋਈ ਚੱਕਰ ਹੀ ਨਹੀਂ। ਨਾ ਇੱਕ ਚੀਜ਼ ਮੈਂ ਜਿਹੜੀ ਨੋਟਿਸ ਕੀਤੀ ਹੈ ਕਿ ਯੂਜਲੀ ਜਦ ਵੀ ਕੋਈ ਫਿਲਮਸ ਆਉਂਦੀਆਂ ਨਾ, ਮੋਸਟਲੀ ਅੱਜ ਕੱਲ੍ਹ ਜੇ ਫਿਲਮਸ ਦੀ ਪੰਜਾਬੀ ਫਿਲਮ ਦੀ ਗੱਲ ਕਰੀਏ, ਸਾਰੇ ਸਿੰਗਰਸ ਨੇ ਐਕਟਿੰਗ ਦੇ ਵਿੱਚ ਧਾਕ ਜਮਾ ਲਈ ਹੋਈ ਹੈ। ਅਪਰੋਚ ਯੂਜਲੀ ਜਿਹੜੇ ਪ੍ਰੋਡਿਊਸਰਸ ਨੇ, ਮੇਕਰਸ ਨੇ, ਉਹ ਵੀ ਸਿੰਗਰਸ ਨੂੰ ਹੀ ਕਰਦੇ ਆ ਕਿ ਫਿਲਮ ਹੈਗੀ ਹੈ, ਤਾਂ ਹੀ ਤੁਸੀਂ ਮੇਨ ਮਕਸਦ ਇਹੀ ਰੱਖਿਆ ਕਿ ਹੁਣ ਐਕਟਿੰਗ 'ਚ ਸਿੰਗਿੰਗ ਵੱਲ ਜਾਣਾ ਚਾਹੀਦਾ ਕਿ ਥੋੜ੍ਹੇ ਦਰਵਾਜ਼ੇ ਹੋਰ ਖੁੱਲ੍ਹ ਜਾਂਦੇ ਨੇ। ਨਹੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਮੇਰਾ ਪਿਛਲੇ 10 ਸਾਲ ਦੇ 9 ਤੋਂ 10 ਸਾਲ ਦੇ ਫਿਲਮ ਕਰੀਅਰ 'ਚ ਮੈਂ 14 ਫਿਲਮਾਂ ਕੀਤੀਆਂ ਨੇ। 14 ਫਿਲਮਾਂ ਅਗਰ ਮੈਂ ਐਵਰੇਜ ਲਾਵਾਂ ਤਾਂ 1 ਫਿਲਮ ਹਰ ਸਾਲ ਦੀ ਹੈ ਮੇਰੇ ਕੋਲ, ਜਿਹਦੇ 'ਚੋਂ ਖਾਸ ਕਰ ਪਿਛਲੇ 3 ਸਾਲਾਂ 'ਚ ਮੇਰੇ ਖਿਆਲ ਨਾਲ ਮੈਂ 6 ਫਿਲਮਾਂ ਕੀਤੀਆਂ ਨੇ 3 ਤੋਂ 4 ਸਾਲਾਂ 'ਚ ਹੀ। ਮੈਨੂੰ ਨਹੀਂ ਲੱਗਦਾ ਕਿ ਐਜ਼ ਐਨ ਐਕਟਰ ਮੈਨੂੰ ਅਪਰੋਚਾਂ ਨਹੀਂ ਆਈਆਂ, ਔਰ ਮੈਂ ਰਿਜੈਕਟ ਵੀ ਬਹੁਤ ਸਕ੍ਰਿਪਟਾਂ ਕਰਦਾ। ਰੀਸੈਂਟਲੀ 3 ਸਕ੍ਰਿਪਟਾਂ ਰਿਜੈਕਟ ਕੀਤੀਆਂ ਕਿਉਂਕਿ ਮੈਨੂੰ ਪਤਾ ਸੀ ਇਹ ਮੇਰੇ ਲਾਇਕ ਦਾ ਕੰਟੈਂਟ ਨਹੀਂ ਹੈ। ਸੋ ਇਹ ਉਹ ਕਾਰਨ ਨਹੀਂ ਹੈ, ਕਾਰਨ ਸਿੰਗਰ ਬਣਨ ਦਾ ਇਹ ਆ ਕਿ ਆਪਣੀ ਇੱਕ ਕੈਪੇਬਿਲਟੀ ਨੂੰ ਐਕਸਪਲੋਰ ਕਰਨਾ ਕਿ ਯਾਰ ਵਾਈ ਨੋਟ, ਯੂ ਨੋ। ਮੈਂ ਅੱਗੇ ਸਾਰਿਆਂ ਨੂੰ ਇਹੀ ਕਹਿ ਰਿਹਾ ਕਿ ਜੇ ਤੁਹਾਡੇ ਅੰਦਰ ਕੋਈ ਵੀ ਕੈਪੇਬਿਲਿਟੀ ਉਹ 20-25% ਵੀ ਹੈ ਤਾਂ ਉਹਨੂੰ ਤੁਸੀਂ ਵਧਾ ਸਕਦੇ ਹੋ ਪ੍ਰੈਕਟਿਸ ਨਾਲ, ਹਾਰਡਵਰਕ ਨਾਲ, ਸ਼ਿੱਦਤ ਨਾਲ, ਪੈਸ਼ਨ ਨਾਲ, ਤਾਂ ਵਾਈ ਨੋਟ। ਦਿਨ ਦਾ 1.5 ਘੰਟਾ ਦਿੱਤਾ ਹੋਇਆ ਚਾਹੇ ਉਹ ਹਾਰਮੋਨੀਅਮ 'ਤੇ ਜਾਂ ਜਿਮ 'ਚ, ਉਹ ਰਿਜ਼ਲਟ ਤੁਹਾਨੂੰ 6 ਮਹੀਨੇ ਬਾਅਦ ਦੇਗਾ ਹੀ ਦੇਗਾ, ਚਾਹੇ ਤੁਹਾਡੀ ਬਾਡੀ 'ਤੇ ਜਾਂ ਤੁਹਾਡੇ, ਇਹ ਵੀ ਮਸਲ ਹੈ ਬਿਲਕੁਲ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਵੈਲ ਹੁਣ ਇਸ ਤੋਂ ਬਾਅਦ ਗਾਣਾ ਦੇ ਆ ਰਿਹਾ, ਨਾਲ ਨਾਲ ਕਿੱਟੀ ਪਾਰਟੀ ਵੀ ਆ ਰਹੀ ਹੈ। ਕਿੱਟੀ ਪਾਰਟੀ ਦੇ ਵੱਖਰਾ ਹੀ ਅਵਤਾਰ, ਕਾਮੇਡੀ ਆ ਰਹੀ ਹੈ। ਯੈਸ ਯੈਸ ਯੈਸ, ਮੈਂ ਅੱਗੇ ਨਾ ਮੇਰੇ ਫੈਮਿਲੀ 'ਚ ਮੈਂ ਮੋਮ ਡੈਡ ਨਾਲ ਬੈਠਾ ਹੁੰਦਾ ਅਤੇ ਉਹ ਬੜੇ ਵਿਚਾਰੇ ਕਨਫਿਊਜ਼ ਹੁੰਦੇ ਨੇ, ਹਰ 6 ਮਹੀਨੇ ਬਾਅਦ ਨਾ ਉਹ ਕੋਈ ਹੋਰ ਹੀ ਨਵ ਦੇਖ ਰਹੇ ਹੁੰਦੇ ਨੇ, ਅਤੇ ਉਹ ਕਹੇ ਹੁਣ ਉਹ ਕਹਿਣ ਲੱਗ ਪਏ ਨੇ ਅੱਛਾ ਹੁਣ ਕਿਹੜੇ ਤੂੰ ਰੋਲ 'ਚ ਹੈ, ਕਿਉਂਕਿ ਨਾ ਮੈਂ ਜਿਹੜਾ ਕਰੈਕਟਰ ਪਲੇ ਕਰਦਾ ਐਜ਼ ਐਨ ਐਕਟਰ ਮੈਂ ਉਹ ਬਣ ਜਾਂਦਾ। ਹੁਣ ਕਿੱਟੀ ਪਾਰਟੀ 'ਚ ਮੈਂ ਸੰਨੀ ਦਾ ਕਿਰਦਾਰ ਪਲੇ ਕੀਤਾ, ਜੋ ਵਿਚਾਰਾ ਇੱਕ ਟੈਕਸੀ ਡਰਾਈਵਰ ਹੈ ਗੋਆ ਦੇ ਵਿੱਚ, ਪਰ ਇੱਥੇ ਫੜਾ ਬੜੀਆਂ ਮਾਰਦਾ ਕਿ ਜੀ ਮੇਰੇ ਕੋਲ ਤਾਂ ਆ ਏ ਉਹ ਆ, ਮੈਂ ਤਾਂ ਬਹੁਤ ਅਮੀਰ ਹਾਂ ਜੀ, ਮੈਂ ਉੱਥੇ ਵੱਡੀ ਮਲਟੀਨੈਸ਼ਨਲ ਕੰਪਨੀ ਹੈ ਮੇਰੀ ਆਪਣੀ। ਸੋ ਉਹ ਕਿਰਦਾਰ ਮੇਰੇ ਅੰਦਰ ਉਸ ਦੌਰਾਨ ਰਹਿੰਦਾ ਰਿਲੀਜ਼ ਤੱਕ, ਹੁਣ ਵੀ ਸ਼ਾਇਦ ਥੋੜ੍ਹਾ ਥੋੜ੍ਹਾ ਹੈ, ਕਿਉਂਕਿ ਜੇ ਮੈਂ ਬਦਮਾਸ਼ੀ ਦੇ ਕਰੈਕਟਰ 'ਚ ਆ ਗਿਆ ਜੋ ਮੈਂ ਗਾਣਾ ਕਰ ਰਿਹਾ, ਉਹ ਫਿਰ ਅੱਡਾ ਜੀ, ਉਹ ਤਾਂ ਫਿਰ ਜਮਾਂ ਹੀ ਅੱਡਾ ਉਹ ਫਿਰ। ਹਾਂਜੀ ਦੇਖ ਲੈਣਾ, ਹੁਣ ਜਿਹਨਾਂ ਨੇ ਬਦਮਾਸ਼ੀ ਰਿਲੀਜ਼ ਹੋਣ ਵਾਲਾ ਹੈ ਸਾਰਿਆਂ ਨੇ ਪਿਆਰ ਜ਼ਰੂਰ ਦੇਣਾ। ਅਤੇ ਨਵ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਵਿਕੀਪੀਡੀਆ 'ਤੇ ਸਰਚ ਕਰੋ ਨਾ, ਇੱਕ ਨਾਲ ਨਵ ਬਾਜਵਾ ਦੇ ਵੀ ਲਿਖਿਆ ਹੁੰਦਾ ਐਕਟਰ ਐਂਕਰ ਪਾਇਲਟ, ਪਾਇਲਟ ਦਾ ਰਾਜ ਮੈਂ ਜਾਣਨਾ ਚਾਹੁੰਦਾ। ਰਾਜ ਕੋਈ ਨਹੀਂ ਹੈ ਜੀ, ਮੈਂ ਮੇਰੇ ਡੈਡ ਇੰਡੀਅਨ ਏਅਰ ਫੋਰਸ ਸੀਗੇ ਪਹਿਲਾਂ, ਔਰ ਉਹ ਚਾਹੁੰਦੇ ਸੀ ਮੈਨੂੰ ਐਜ਼ ਅ ਪਾਇਲਟ ਦੇਖਣਾ। ਸੋ ਮੈਂ ਪਹਿਲਾਂ ਪਾਇਲਟ ਬਣਿਆ, ਮੈਂ ਆਪਣੀ ਫਲਾਇੰਗ ਕੰਪਲੀਟ ਕੀਤੀ, ਔਰ ਉਸ ਤੋਂ ਬਾਅਦ ਮੈਂ ਜਦੋਂ ਕਰ ਲਿਆ ਸਭ ਕੁਛ, ਮੈਂ ਐਜ਼ ਅ ਕੈਪਟਨ ਦੀ ਉਪਾਧੀ ਲੈ ਲਈ, ਫਿਰ ਮੈਂ ਡੈਡ ਨੂੰ ਕਿਹਾ ਦਿਸ ਇਜ਼ ਮਾਈ ਪੈਸ਼ਨ। ਐਂਡ ਮੈਂ ਔਰ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਤੁਸੀਂ ਜਿਹੜੇ ਲੋਕ ਇਹ ਸੋਚਦੇ ਨੇ ਨਾ ਕਿ ਆਪਾਂ 12ਵੀਂ ਕਰਕੇ ਬੰਬੇ ਚਲ ਜਾਵਾਂਗੇ ਔਰ ਹੀਰੋ ਬਣ ਜਾਵਾਂਗੇ, ਸਟਾਰ ਬਣ ਜਾਵਾਂਗੇ, ਬੋਸ ਮੈਂ ਫਰੈਂਕਲੀ ਤੁਹਾਨੂੰ ਦੱਸ ਰਿਹਾ, ਪਹਿਲਾਂ ਉਹ ਕਰੋ ਜੋ ਤੁਹਾਡੇ ਪੇਰੈਂਟਸ ਚਾਹੁੰਦੇ ਨੇ, ਉਹਨਾਂ ਦਾ ਦਿਲ ਖੁਸ਼ ਹੈ ਨਾ ਅਤੇ ਪਰਮਾਤਮਾ ਤੁਹਾਨੂੰ ਸਭ ਕੁਝ ਦੇਵੇਗਾ। ਜੇ ਉਹ ਤੁਹਾਡੇ ਅਗੇਂਸਟ ਨੇ ਨਾ ਕਿ ਨਹੀਂ ਬੇਟਾ ਇਹ ਨਹੀਂ ਕਰਨਾ, ਯੂਨੀਵਰਸ ਵੀ ਤੁਹਾਨੂੰ ਉਹ ਸਭ ਕੁਝ ਨਹੀਂ ਦੇਵੇਗਾ। ਇੱਕ ਨਾ ਇੱਕ ਗੱਲ ਖਾਸ ਇਹ ਵੀ ਹੋ ਗਈ ਹੈ, ਕਿਉਂਕਿ ਸਿੰਗਿੰਗ ਸੌਂਗਸ ਜਿਹੜੇ ਦੇਖਦੇ ਆ ਨਾ, ਉਹਦੇ ਵੀਡੀਓ ਦੇ ਵਿੱਚ ਨਾ ਪਲੇਨਸ ਬਹੁਤ ਹੁੰਦੇ ਆ, ਪਲੇਨਸ ਦੇ ਬੈਕ ਰਾਈਡ ਸ਼ੂਟਸ ਚੱਲ ਰਹੇ ਹੁੰਦੇ, ਮਤਲਬ ਕਦੀ ਦੇਖਦੇ ਨਾ ਨਵ ਪਲੇਨ ਉਡਾ ਵੀ ਰਿਹਾ, ਕਿਉਂਕਿ ਉਡਾਉਣਾ ਤਾਂ ਆਉਂਦਾ ਹੀ ਹੈ। ਜੀ ਜੀ ਆਉਂਦਾ। ਮੈਂ ਐਕਚੁਲੀ ਮੇਰੇ ਇੱਕ ਬਹੁਤ ਫੇਵਰੇਟ ਐਕਟਰ ਨੇ ਹਾਲੀਵੁੱਡ ਦੇ, ਜੌਨ ਟ੍ਰੈਵੋਲਟਾ, ਜੌਨ ਟ੍ਰੈਵੋਲਟਾ ਸਾਹਿਬ ਕੋਲ ਆਪਣਾ ਪਲੇਨ ਆ ਏਅਰਬਸ, ਔਰ ਉਹ ਖੁਦ ਹੀ ਉਡਾਉਂਦੇ ਨੇ, ਔਰ ਐਕਟਰ ਹਾਲੀਵੁੱਡ ਕਮਾਲ ਦੇ ਆ, ਔਸਕਰ ਅਵਾਰਡਡ ਐਕਟਰ ਨੇ, ਤਾਂ ਉਹਨਾਂ ਤੋਂ ਬੜਾ ਇੰਸਪਾਇਰ ਹੋਇਆ ਸੀ।
ਜਲਦੀ ਦੇਖ ਲਿਓ ਕੋਈ ਵੀਡੀਓ ਆਉਗੀ ਜਦੋਂ ਨਵ ਨੂੰ ਤੁਸੀਂ ਪਲੇਨ ਉਡਾਉਂਦੇ ਵੀ ਦੇਖੋਗੇ ਤੇ ਨਵ ਹੁਣ ਆਪਾਂ ਰੈਪ ਅਪ ਕਰਦੇ ਮੈਂ ਦੇਖੋ ਜੀ ਮੈਂ ਆਪਦੇ ਸਟੰਟ ਆਪੇ ਕਰਦਾ ਹਾਂਜੀ ਮੈਂ ਮੇਰਾ ਕੋਈ ਤੁਸੀਂ ਕਿਸੇ ਤੋਂ ਪੁੱਛ ਲਓ ਚਾਹੇ ਇਸ਼ਕਾ ਫਿਲਮ 'ਚ ਮੈਂ ਬਿਲਡਿੰਗ ਤੋਂ ਡਿੱਗਿਆ 7 ਫਲੋਰ ਤੋਂ ਮੈਂ ਹੀ ਲਟਕ ਕੇ ਡਿੱਗਿਆ ਗੱਡੀ 'ਤੇ ਕੋਈ ਸਟੰਟਮੈਨ ਨਹੀਂ ਸੀ ਕਿਉਂਕਿ ਮੈਂ ਅਤੇ ਟਾਈਗਰ ਸ਼ਰੋਫ ਮਤਲਬ ਟਾਈਗਰ ਦੀ ਜਦੋਂ ਹੀਰੋਪੰਥੀ ਇੱਥੇ ਸ਼ੂਟ ਹੋ ਰਹੀ ਸੀ ਅਤੇ ਵੀ ਯੂਸ ਟੂ ਟ੍ਰੇਨ ਟੂਗੈਦਰ ਐਂਡ ਜੋ ਟਾਈਗਰ ਕਰਦਾ ਉਹ ਸਭ ਮੈਂ ਕਰਦਾ ਬਿਕੋਜ਼ ਆਈ ਵਾਜ਼ ਅ ਜਿਮਨਾਸਟ ਬਿਫੋਰ ਸੋ ਹੁਣ ਉਹ ਪੰਜਾਬੀ ਫਿਲਮਾਂ 'ਚ ਉਹਦਾ ਕੋਈ ਸਕੋਪ ਨਹੀਂ ਹੈ ਮੈਂ ਫਤਿਹ 'ਚ ਕੀਤਾ ਸੀ ਪਰ ਇੱਥੇ ਚੱਲਦਾ ਹੈ ਜੀ ਦੂਜਾ ਕੰਮ ਉਹ ਚੱਲਦਾ ਹੀ ਨਹੀਂ ਸੋ ਜਦੋਂ ਆਏਗਾ ਆਪਾਂ ਉਹ ਵੀ ਕਰਾਂਗੇ 5 ਸਾਲ ਤੱਕ ਇਹ ਟ੍ਰੈਂਡ ਆ ਜਾਊਗਾ ਪ੍ਰੋਪਰਲੀ ਦੇਖੋ ਮੈਂ ਐਸੇ ਸਬਜੈਕਟਸ ਲਿਖੇ ਹੋਏ ਨੇ ਇਹ ਡਿਪੈਂਡ ਕਰਦਾ ਕਿੱਟੀ ਪਾਰਟੀ ਦੀ ਸਕਸੈਸ ਉੱਤੇ ਕਿ ਮੈਂ ਉਹ ਸਬਜੈਕਟਸ ਨੂੰ ਅੱਗੇ ਕਿੰਨਾ ਕੁ ਲੈ ਕੇ ਜਾ ਸਕਦਾ ਹੁਣ ਕਿਹੜੀ ਐਸੀ ਫੀਲਡ ਹੈ ਜਿਹੜੀ ਨਵ ਦੇ ਜ਼ਿਹਨ ਵਿੱਚ ਆ ਗਈ ਕਿ ਮੈਂ ਹੁਣ ਇਹ ਵੀ ਕਰਨਾ ਆ ਹੁਣ ਕੀ ਹੈ ਗਿਆ ਮੈਨੂੰ ਲੱਗਦਾ ਨਹੀਂ ਹੁਣ ਫਿਲਮ ਲਾਈਨ ਵੱਲ ਕੋਈ ਇਹੋ ਜਿਹੀ ਚੀਜ਼ ਹੈ ਜੋ ਜਿਹਦੀ ਜਾਣਕਾਰੀ ਮੈਨੂੰ ਨਹੀਂ ਕਿਉਂਕਿ ਮੈਂ ਡਾਇਰੈਕਟਰ ਵੀ ਬਣਿਆ ਅਤੇ ਟੈਕਨੀਕਲ ਨੌਲੇਜ ਲੈ ਕੇ ਬਣਿਆ ਮੈਂ ਅੱਗੇ ਵੀ ਕਹਿ ਰਿਹਾ ਸੀ ਕਿ ਕਈ ਇਹੋ ਜਿਹੇ ਡਾਇਰੈਕਟਰਸ ਨਾਲ ਕੰਮ ਕੀਤਾ ਹੈ ਮਤਲਬ ਦੇ ਆਰ ਗੁੱਡ ਦੇ ਆਰ ਵੈਰੀ ਗੁੱਡ ਬਟ ਇੱਦਾਂ ਵੀ ਹੁੰਦਾ ਹੈ ਕਿ ਉਹਨਾਂ ਨੂੰ ਐਕਸੈਸ ਜੰਪ ਦਾ ਵੀ ਨਹੀਂ ਪਤਾ ਹੁੰਦਾ ਟੈਕਨੀਕੈਲਿਟੀਜ਼ ਸੋ ਮੈਂ ਉਹੀ ਕੰਮ ਕਰਦਾ ਜੀ ਜਿਹਦੇ 'ਚ ਮੈਂ ਟੈਕਨੀਕਲੀ ਸਟਰੋਂਗ ਹਾਂ ਚਾਹੇ ਉਹ 1.5 ਸਾਲ ਮੈਂ ਸਿੰਗਿੰਗ 'ਤੇ ਲਾਇਆ ਹੋਏ ਅਜੇ 1.5 ਹੀ ਲਾਇਆ ਲੋਕ ਤਾਂ 10 ਲਾਉਂਦੇ ਨੇ ਮੈਂ ਮੰਨਣਾ ਬਟ ਨਾਲ ਮੈਂ ਐਕਟਿੰਗ ਵੀ ਕਰ ਰਿਹਾ ਜੀ ਸੋ ਥੋੜ੍ਹਾ ਜਿਹਾ ਮੈਨੂੰ ਪਲੀਜ਼ ਮਾਫ਼ ਕਰਿਓ ਉਸ ਚੀਜ਼ 'ਤੇ ਕੋਈ ਗਲਤੀਆਂ ਹੋ ਜਾਣ ਔਰ ਐਕਟਿੰਗ ਵੀ ਮੈਂ ਸਿੱਖ ਕੇ ਪ੍ਰੋਪਰ ਇੱਕਦਮ ਤਿਆਰੀ ਕਰਕੇ ਆਇਆ ਸੋ ਆਈ ਡੋਂਟ ਥਿੰਕ ਸੋ ਇਸ ਲਾਈਨ 'ਚ ਕੋਈ ਐਸੀ ਫੀਲਡ ਹੁਣ ਰਹੀ ਹੈ ਜਿਹਨੂੰ ਮੈਂ ਫੋਕਸ ਕਰਾਂ ਪਰ ਜੋ ਜਿਹਦਾ ਕੰਮ ਹੈ ਉਹ ਉਹਨੂੰ ਹੀ ਅੱਛਾ ਲੱਗਦਾ ਹੈ ਚਲੋ ਜੀ ਸੀ ਭਾਅ ਜੀ ਨੇ ਡਾਇਰੈਕਟ ਕੀਤੀ ਵੀਡੀਓ ਉਹਨਾਂ ਨੇ ਬਹੁਤ ਕਮਾਲ ਕੰਮ ਕੀਤਾ ਜਾਂ ਮੈਂ ਜਦੋਂ ਕਿਸੇ ਡਾਇਰੈਕਟਰ ਦੇ ਅੰਡਰ ਕੰਮ ਕਰਦਾ ਐਜ਼ ਐਨ ਐਕਟਰ ਮੈਂ ਸਿਰਫ ਐਕਟਰ ਹੁੰਦਾ ਆਈ ਨੈਵਰ ਇੰਟਰਫੇਅਰ ਹੁਣੇ ਮੈਂ ਰੋਸ਼ਨ ਬਾਈ ਨਾਲ ਇੱਕ ਫਿਲਮ ਕਰਕੇ ਆਇਆ ਰੋਸ਼ਨ ਪ੍ਰਿੰਸ ਅਤੇ ਮੈਂ ਦੋਨੋਂ ਆਪਣਾ ਹੰਗਰੀ ਬੁਡਾਪੈਸਟ ਯੂਰੋਪ ਵਿੱਚ ਅਤੇ ਉਹ ਐਜ਼ ਐਨ ਐਕਟਰ ਕਰ ਰਿਹਾ ਮੈਂ ਫਿਲਮਾਂ ਸੋ ਇੱਦਾਂ ਹੀ ਜੋ ਐਕਟਰ ਕਰ ਰਿਹਾ ਐਕਟਰ ਕਰ ਰਿਹਾ ਡਾਇਰੈਕਟ ਸਿਰਫ ਉਹ ਕਰਦਾ ਜੋ ਮੇਰੇ ਲਿਖੇ ਹੋਏ ਸਬਜੈਕਟ ਨੇ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੋਗੇ ਗਾਣੇ ਨੂੰ ਕਿੰਨੀ ਕੁ ਸਪੋਰਟ ਦੇਣ ਕਿੰਨੇ ਕੁ ਸ਼ੇਅਰ ਮਾਰਨੇ ਆ ਅਤੇ ਕਿੰਨੀਆਂ ਕੁ ਟਿਕਟੋਕ ਵੀਡੀਓਜ਼ ਬਣਾ ਕੇ ਭੇਜਣੀਆਂ ਦੇਖੋ ਜੀ ਕੰਟੈਂਟ ਇਹੋ ਜਿਹਾ ਕਿ ਤੁਸੀਂ ਟਿਕਟੋਕ ਬਣਾਓਗੇ ਸਵਾਹ ਤੁਹਾਨੂੰ ਵੀ ਆਏਗਾ ਔਰ ਦੇਖਣ ਵਾਲੇ ਨੂੰ ਵੀ ਆਏਗਾ ਠੀਕ ਹੈ ਬਾਕੀ ਸ਼ੇਅਰ ਤੁਸੀਂ ਮਾਰਿਓ ਜੇ ਤੁਹਾਨੂੰ ਦਿਲੋਂ ਗਾਣਾ ਵਧੀਆ ਲੱਗੇ ਤੁਹਾਨੂੰ ਲੱਗੇ ਕਿ ਮਜ਼ਾ ਆਇਆ ਯਾਰ ਸਵਾਦ ਆਇਆ ਇੰਜੋਏ ਹੋਇਆ ਸੋ ਜਾਣ ਤੋਂ ਪਹਿਲਾਂ ਮੈਂ ਆਪਣੇ ਗਾਣੇ ਦਾ ਇੱਕ ਲਾਈਨ ਹੋਰ ਤੁਹਾਨੂੰ ਸੁਣਾਵਾਂਗਾ ਜੋ ਮੈਨੂੰ ਲੱਗਦਾ ਹਰੇਕ ਦੇ ਟੁੱਕ ਦੀ ਹੈ ਜੋ ਉਹਦਾ ਇੱਕ ਵਰਡ ਚੇਂਜ ਕਰ ਦਿਓ ਬਸ ਜੋ ਮੈਂ ਉਹ ਸੋਚਦਾ ਸੀ ਬਾਪੂ ਕਿਸੇ ਮਹਿਕਮੇ 'ਚ ਲੱਗੂ ਮੇਰਾ ਪੁੱਤ ਜਦੋਂ ਹੋਊਗਾ ਜਵਾਨ ਕੀ ਪਤਾ ਸੀ ਪਤੰਦਰਤਾ ਐਕਟਰ ਨਿਕਲੂਗਾ ਪਿੱਛੇ ਛੱਡ ਦੂਗਾ ਸਾਰਾ ਖਾਨਦਾਨ ਜੇ ਗਾਣਾ ਇੰਜੋਏ ਕਰਨਾ ਹੈ ਤਾਂ ਪੂਰੀ ਸਪੋਰਟ ਦੇਣੀ ਹੈ ਤਾਂ ਹੀ ਤੁਹਾਡੀ ਸਪੋਰਟ ਆ ਜਿਹੜੀ ਗਾਣੇ ਨੂੰ ਮਿਲੂਗੀ ਨਾ ਉਸ ਤੋਂ ਬਾਅਦ ਨਵ ਨੇ ਬੈਕ ਟੂ ਬੈਕ ਗਾਣੇ ਲੈ ਕੇ ਆਣੇ ਆ ਬੈਕ ਟੂ ਬੈਕ ਵੱਖਰੀ ਕਿਲਰ ਲੁੱਕਸ ਲੈ ਕੇ ਬਿਲਕੁਲ ਐਂਟਰਟੇਨਮੈਂਟ ਕਰਨੀ ਹੈ ਜੋ ਪੂਰੀ ਤੁਹਾਨੂੰ ਐਂਟਰਟੇਨ ਕਰਨਾ ਹੈ ਉਹ ਜੇ ਗਾਣੇ ਵੀ ਤੁਸੀਂ ਬਸ ਇੰਜੋਏ ਕਰੋ ਗੱਡੀ ਦੇ ਵਜਾਓ ਯਾਰਾਂ ਦੋਸਤਾਂ ਨਾਲ ਮਸਤੀ ਕਰੋ ਦੈਟਸ ਇਟ ਮਸਤੀ ਲਈ ਤਿਆਰ ਹੋ ਗਾਣਾ ਰਿਲੀਜ਼ ਹੋਣ ਵਾਲਾ ਹੈ ਤਾਂ ਸਪੋਰਟ ਜ਼ਰੂਰ ਕਰਨੀ ਹੈ ਮੈਨੂੰ ਦਿਓ ਵਿਦਾ ਤੁਸੀਂ ਬਣ ਰਹੋ ਦੇਸੀ ਚੈਨਲ ਦੇ ਨਾਲ